ਕਿ ਖੇੜੀ ਵਾਲੇ ਬਾਬੇ ਵੱਲੋਂ ਗੋਲੀ ਚਲਾਈ ਗਈ ਹੈ, ਸਾਡੀ ਕੁੜੀ ਵਿਆਹੀ ਹੋਈ ਹੈ ਜੀ। ਹਾਂਜੀ, ਫਿਰ ਇਹ 1 ਵਜੇ 1:30 ਵਜੇ ਰਾਤ ਨੂੰ ਮਹੀਨਾ ਪਹਿਲਾਂ ਸਾਡੇ ਦਰਵਾਜ਼ੇ ਭੰਨ ਗਿਆ ਜੀ। ਉਰਥ ਪਹਿਲਾਂ ਵੀ ਇਹ ਗੋਲੀ ਮਾਰਨ ਲੱਗਿਆ ਸੀਗਾ, ਚਲੋ ਅਸੀਂ ਸਾਈਡ 'ਤੇ ਹੋ ਗਏ। ਇਹ ਮਾਤਾ ਘਰੇ ਇਕੱਲੇ ਸੀਗੇ, ਇਹਨੇ ਗੋਲੀਆਂ ਮਾਰੀਆਂ ਜੀ, ਮਾਤਾ ਦੇ ਗੋਲੀਆਂ ਮਾਰੀਆਂ ਇਹਨੇ। ਇਹਨਾਂ ਨੂੰ ਜਦ ਮੈਂ ਆਇਆ, ਸਾਹਮਣੇ ਗੋਲੀਆਂ ਚੱਲ ਰਹੀਆਂ ਸੀਗੀਆਂ, ਮਾਤਾ ਦੇ ਪੱਟ 'ਚ ਗੋਲੀ ਲੱਗੀ ਹੈ, ਆਰ ਪਾਰ ਹੋ ਗਈ। ਹਾਲੇ ਵੀ ਇਹ ਕਹਿ ਰਹੇ ਆ, ਕਹਿੰਦਾ ਮਾਰੂੰਗਾ ਤੁਹਾਨੂੰ। 3 ਵਾਰ 4 ਵਾਰ ਕੁੜੀਆਂ ਨੇ ਮੇਰੀ ਕੁੱਟੀ, ਮੈਂ ਲੈ ਕੇ ਆ ਗਈ। ਅੱਜ 3 ਮਹੀਨੇ ਹੋ ਗਏ, 4 ਕੁੜੀ ਨੂੰ ਆਈ ਨੂੰ। 1 ਦਿਨ ਪਹਿਲਾਂ ਇਹਨੇ ਰਾਤ ਨੂੰ ਮੇਰੇ ਘਰ 'ਤੇ ਹਮਲਾ ਕੀਤਾ, ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਅੱਜ ਇਹਨੇ ਦੋ ਰਿਵਾਲਵਰਾਂ ਸੀ ਨਾ, ਦੋ ਭਾਈਆਂ ਕੋਲ ਸਿੱਧੀਆਂ ਗੋਲੀਆਂ ਚਲਾਈਆਂ ਨੇ ਇਹਨਾਂ ਨੇ। ਮੈਨੂੰ ਮੇਰੀ ਜਾਨ ਨੂੰ ਖਤਰਾ ਹੈ, ਤੋਂ ਮੇਰੀ ਜਾਨ ਨੂੰ ਖਤਰਾ ਹੈ, ਪਤਾ ਨਹੀਂ ਗੋਲਡੀ ਬਰਾਡ ਤੋਂ ਮੈਨੂੰ ਬਰਬਾਦ ਮੈਂ, ਮੈਨੂੰ ਕੋਈ ਪਤਾ ਨਹੀਂ ਹੈਗਾ। ਅਸੀਂ 2 ਜਣੇ ਅਤੇ ਨਾਨੀ ਨੂੰ ਲੈ ਕੇ ਅਸੀਂ ਤਾਂ ਗੱਲ ਕਰਨ ਆਇਆ, ਮੈਂ ਤਾਂ ਆਪ ਬਿਮਾਰ ਚੱਲਦਾ ਸੀ, ਮੈਨੂੰ ਕੋਈ ਦੁੱਖ ਨਹੀਂ ਹੈਗਾ ਵੀ ਇਹਨਾਂ ਨੇ ਐਂ ਕਰਿਆ, ਪਰ ਇਹਨਾਂ ਨੇ ਬਹੁਤ ਸਾਡਾ ਮਤਲਬ ਕਿ ਭੁਲੇਖੇ 'ਚ ਲੈ ਕੇ ਕਰਤਾ ਸਾਨੂੰ। ਸਾਨੂੰ ਐਂ ਨਹੀਂ ਸੀ ਪਤਾ ਵੀ ਇੰਨਾ ਇਸ ਤਰ੍ਹਾਂ ਕਰਨਗੇ। ਪਹਿਲਾਂ ਤਾਂ ਉੱਥੇ ਰਾੜਾਂ ਮਾਰੀਆਂ, ਗੱਡੀ ਭੰਨਤੀ ਸਾਰੀ, ਫਿਰ ਹਸਪਤਾਲ ਦੇ ਮੂਹਰੇ CCTV ਕੈਮਰਾ, ਉਹ ਤੁਸੀਂ ਕਢਾ ਕੇ ਦੇਖ ਲਓ, ਉਹਦੇ ਵਿੱਚ ਐਨ ਸਾਫ਼ ਦਿਖਦਾ, ਕਹਿੰਦਾ ਉਹ ਖੜ੍ਹਾ ਉਹ ਖੜ੍ਹਾ। ਉਹਨੇ ਆ ਕੇ ਮੈਨੂੰ ਜੀ 7-8 ਫੁੱਟ ਉੱਤੇ ਚੱਕਤਾ, ਸਾਰੀ ਬਾਂਹ ਟੁੱਟ ਗਈ, ਵੀ ਜੇ ਮੈਂ ਲੜਨ ਆਉਂਦਾ ਗੋਲਡੀ ਬਰਾੜ ਦਿੰਦਾ ਮੇਰਾ ਉਹ ਹੋਵੇ ਤਾਂ ਮੈਂ ਇਕੱਲਾ ਆਉਂਦਾ ਲੜਨ ਦਿੰਦਾ, ਨਾਲੇ ਇਹ 10-15 ਜਣੇ ਮੈਂ ਇਕੱਲਾ ਆਇਆ। ਜਿਹੜੇ ਗੁਰਵਿੰਦਰ ਸਿੰਘ ਹੋਣੀ ਨੇ ਅਤੇ ਉਹਨਾਂ ਦੇ ਇੱਕ ਕਜ਼ਨ ਨੇ, ਉਹ ਤਾਂ ਦਾਖਲ ਨੇ ਉਰੇ, ਅਤੇ ਜਿਹੜੀ ਗੁਰਜੀਤ ਕੌਰ ਹੋਣੀ ਨੇ ਉਹਨਾਂ ਦੇ ਜਿਵੇਂ ਥਾਏ 'ਚ ਪੱਟ 'ਚ ਉਹਨਾਂ ਦੇ ਗੋਲੀ ਲੱਗੀ ਹੈ ਅਤੇ ਉਹਨਾਂ ਨੂੰ ਚੰਡੀਗੜ੍ਹ ਰੈਫਰ ਕਰਤਾ। ਸਤਿ ਸ਼੍ਰੀ ਅਕਾਲ ਜੀ, ਅਸੀਂ ਫਤਿਹਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਦੇ ਵਿੱਚ ਖੜ੍ਹੇ ਹਾਂ। ਉੱਥੇ ਇੱਕ ਮਾਮਲਾ ਦੇਖਣ ਨੂੰ ਸਾਹਮਣੇ ਆਇਆ ਹੈ, ਕਿਹਾ ਜਾ ਰਿਹਾ ਹੈ ਕਿ ਇੱਥੇ ਇੱਕ ਜੀਜੇ ਸਾਲੇ ਦੀ ਅਤੇ ਉਹਨਾਂ ਦੀ ਆਪਸੀ ਝੜਪ ਹੋਈ ਹੈ, ਅਤੇ ਉਹ ਕੌਣ ਨੇ ਤੁਹਾਨੂੰ ਉਹਨਾਂ ਬਾਰੇ ਦੱਸਦੇ। ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਵੀ ਇਹ ਗੱਡੀ ਹੈ, ਫੋਰਚੂਨਰ ਗੱਡੀ ਹੈ, ਜੋ ਗੁਰਿੰਦਰ ਸਿੰਘ ਖੇੜੀ ਵਾਲਾ ਬਾਬਾ ਜਿਸ ਨਾਮ 'ਤੇ ਜਾਣਿਆ ਜਾਂਦਾ ਹੈ ਉਸਦੀ ਗੱਡੀ ਹੈ। ਕਿਹਾ ਜਾ ਰਿਹਾ ਕਿ ਖੇੜੀ ਵਾਲੇ ਬਾਬੇ ਦੀ ਗੱਡੀ ਹੈ ਅਤੇ ਉਸਦਾ ਆਪਣੇ ਸਾਲੇ ਨਾਲ, ਆਪਣੀ ਸੱਸ ਦੇ ਨਾਲ ਝੜਪ ਹੋਈ ਹੈ। ਤੁਹਾਨੂੰ ਗੱਡੀ ਦਾ ਨੰਬਰ PV11DA 4419 ਇਹ ਖੇੜੀ ਵਾਲੇ ਬਾਬੇ ਦੀ ਗੱਡੀ ਦੱਸੀ ਜਾ ਰਹੀ ਹੈ। ਤੁਹਾਨੂੰ ਦੱਸਦੇ ਹਾਂ ਕਿ ਉਹਨਾਂ ਦੀ ਝੜਪ ਹੋਈ ਹੈ ਆਪਣੇ ਸਹੁਰੇ ਪਰਿਵਾਰ ਦੇ ਨਾਲ, ਡਿਸਪਿਊਟ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਅਤੇ ਉਹਨਾਂ ਦੀ ਝੜਪ ਦੌਰਾਨ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ। ਕਿਹਾ ਜਾ ਰਿਹਾ ਹੈ ਕਿ ਖੇੜੀ ਵਾਲੇ ਬਾਬੇ ਵੱਲੋਂ ਗੋਲੀ ਚਲਾਈ ਗਈ ਹੈ। ਇਸ ਖਬਰ ਬਾਰੇ ਤੁਹਾਨੂੰ ਫਿਲਹਾਲ ਅਸੀਂ ਅੱਗੇ ਦੱਸਾਂਗੇ। ਤੁਹਾਨੂੰ ਦਿਖਾਉਂਦੇ ਹਾਂ ਕਿ ਇਹ ਜਿਹੜੀ ਫੋਰਚੂਨਰ ਗੱਡੀ ਹੈ ਇਹਦੀ ਵਰਨਾ ਗੱਡੀ ਦੇ ਨਾਲ ਟੱਕਰ ਹੁੰਦੀ ਹੈ ਅਤੇ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆ ਰਿਹਾ। ਵਰਨਾ ਗੱਡੀ ਹੈ ਜਿਹੜੀ CH01AN9613 ਵਰਨਾ ਗੱਡੀ ਹੈ ਅਤੇ ਇਸ ਦੀ ਟੱਕਰ ਹੁੰਦੀ ਹੈ ਫੋਰਚੂਨਰ ਗੱਡੀ ਦੇ ਨਾਲ, ਖੇੜੀ ਵਾਲੇ ਬਾਬੇ ਦੇ ਨਾਲ। ਹੁਣ ਅਸੀਂ ਅੰਦਰ ਖੇੜੀ ਵਾਲੇ ਬਾਬੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਉਹਨਾਂ ਦੀ ਸੱਸ ਦੇ ਉੱਤੇ ਗੋਲੀ ਚਲਾਉਣ ਦੇ ਆਰੋਪ ਲੱਗੇ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਆਓ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ।